ਵਰਦੀ ਚੱਕ ਦਿਆਂਗੇ। ਸਮਾਂ ਕਰੀਬ 1 ਵਜੇ ਦਾ ਸੀ ਜਦੋਂ ਮੈਂ ਮੈਨੂੰ ਕੁਦਰਤੀ ਇਹ ਹੁੰਦਾ ਵੀ ਮੈਂ ਥੋੜੀ ਹਾਈਪਰਟੈਂਸ਼ਨ ਦੀ ਮਰੀਜ਼ ਹੋਣ ਕਾਰਨ ਮੈਨੂੰ ਨੀਂਦ ਬੜੀ ਘੱਟ ਆਉਂਦੀ ਹੈ, ਤੇ ਇਸ ਕਰਕੇ ਉਸ ਗੱਲ ਚੋਂ ਪਾਣੀ ਵਗੈਰਾ ਪੀਣ ਕਰਕੇ ਮੈਂ ਬਾਹਰ ਰਸੋਈ ਬਾਥਰੂਮ ਦੇ ਵਿੱਚ ਆਈ ਸੀ, ਤੇ ਜਦੋਂ ਮੈਂ ਬਾਥਰੂਮ ਦੇ ਵਿੱਚ ਆਈ ਤੇ ਉਸ ਸ਼ਖਸ ਦੀ ਇੰਨੀ ਜ਼ਰੂਰਤ ਪੈ ਗਈ ਕਿ ਉਹ ਮੇਰੇ ਕਮਰੇ ਦੇ ਵਿੱਚ ਐਂਟਰ ਹੁੰਦਾ, ਤੇ ਜਦੋਂ ਮੈਂ ਆਪਣੇ ਕਮਰੇ ਦੀਆਂ ਕੁੰਡੀਆਂ ਲਗਾ ਕੇ ਪੈਣ ਦੀ ਕੋਸ਼ਿਸ਼ ਕਰਦੀ ਹਾਂ ਤੇ ਨਾਲ ਦੀ ਨਾਲ ਉਹ ਮੇਰਾ ਗਲਾ ਨੱਪ ਕੇ, ਤੇ ਮਤਲਬ ਕੋਸ਼ਿਸ਼ ਇਹਦੀ ਇਹ ਹੁੰਦੀ ਹੈ ਵੀ ਮੈਂ ਕਰਦ ਘੁਮਾ ਦਿਆਂ, ਚਲੋ ਉਹ ਇੱਕਦਮ ਮੈਂ ਸ਼ੌਕਟ ਵੀ ਹੁੰਦੀ ਹਾਂ, ਤੇ ਪਰ ਫਿਰ ਵੀ ਮੈਂ ਉਹਦਾ ਸੰਘਰਸ਼ਾਂ ਦੇ ਵਿੱਚ ਪੈਣ ਕਰਕੇ ਸੋਚ ਮੇਰੀ ਸੰਘਰਸ਼ੀ ਹੋਣ ਕਰਕੇ ਮੈਂ ਉਹਦਾ ਮੁਕਾਬਲਾ ਕਰਦੀ ਹਾਂ, ਤੇ ਉਹਦਾ ਇਹ ਮੈਨੂੰ ਧਮਕਾਉਣਾ ਕਿ ਮੇਰੇ ਪਹਿਲਾਂ 2 ਕਤਲ ਕੀਤੇ ਹੋਏ ਨੇ, ਮੈਂ ਤਾਂ ਹੁਣੇ ਜੇਲ੍ਹ ਚੋਂ ਆਇਆ ਤੇ ਮੈਨੂੰ ਤੇਰੇ ਨੂੰ ਵੀ ਮਾਰਨਾ ਕੋਈ ਔਖਾ ਨਹੀਂ ਗਾ, ਤੇ ਉਹਦੀ ਜਿਹੜੀ ਮਨਸਾ ਸੀ ਉਹਦੇ ਵਿੱਚੋਂ ਲੁੱਟ ਖੋਹ ਘੱਟ ਤੇ ਉਹਦੇ ਵਿੱਚ ਮੈਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਸੀ ਉਹ ਜ਼ਿਆਦਾ ਸੀ। ਮੈਨੂੰ ਇਹ ਲੱਗਦਾ ਵੀ ਉਸ ਨਸ਼ੇੜੀ ਦਾ, ਉਸ ਗੁੰਡੇ ਦਾ ਅੰਦਰ ਵੜਨਾ, ਉਹ ਇਕੱਲੇ ਦਾ ਕੋਈ ਹੌਂਸਲਾ ਨਹੀਂ, ਕਿਉਂਕਿ ਅੱਜ ਤੱਕ ਇਸ ਘਰ ਦੇ ਵਿੱਚ ਵੜਨ ਦਾ ਕਿਸੇ ਦਾ ਇਸ ਤਰ੍ਹਾਂ ਦੇ ਗਲਤ ਅੰਸਰ ਦਾ ਹੌਂਸਲਾ ਨਹੀਂ ਪਿਆ, ਤੇ ਉਹਨੇ ਬੜੇ ਨਧੜਕ ਹੋ ਕੇ, ਜਦੋਂ ਕਿ ਮੇਰੇ ਕਮਰੇ ਦੀਆਂ ਲਾਈਟਾਂ ਵੀ ਚੱਲ ਰਹੀਆਂ ਸੀ ਤੇ ਵਿਹੜੇ ਦੀ ਲਾਈਟ ਵੀ ਚੱਲ ਰਹੀ ਸੀ, ਉਹਨੇ ਬੜਾ ਨਧੜਕ ਹੋ ਕੇ ਉਹਨੇ ਮੇਰੇ ਤੇ ਵਾਰ ਕੀਤੇ, ਤੇ ਮੈਂ ਉਹਦਾ ਮੁਕਾਬਲਾ 20-25 ਮਿੰਟ ਦਾ ਜਿਹੜਾ ਸੰਘਰਸ਼ ਸੀ ਉਹ ਮੇਰੇ ਲਈ ਇੱਕ ਜ਼ਿੰਦਗੀ ਮੌਤ ਦਾ ਸਵਾਲ ਸੀ, ਤੇ ਜਿਹਦੇ ਵਿੱਚ ਮੈਂ ਅਖੀਰ ਨੂੰ ਕਾਮਯਾਬ ਵੀ ਹੋਈ। ਤੇ ਪਰ ਮੈਨੂੰ ਇਹ ਲੱਗਦਾ ਵੀ ਇਹੀ ਹਮਲਾ ਅੱਜ ਜਿਹੜਾ ਮੇਰੇ ਤੇ ਹੋਇਆ, ਕਿਸੇ ਜੇ ਇੱਕ ਸਧਾਰਨ ਔਰਤ ਤੇ ਹੋਇਆ ਹੁੰਦਾ ਤੇ ਸ਼ਾਇਦ ਉਹਨੂੰ ਜਾਂ ਮੌਤ ਤੇ ਘਾਟ ਉਤਾਰਿਆ ਹੁੰਦਾ, ਤੇ ਜਾਂ ਉਹ ਅੱਜ ਅੱਖਾਂ ਦੇ ਵਿੱਚ ਘਸੋਣਾ ਲੈ ਕੇ ਰੋ ਹੁੰਦੀ। ਪੁਲਿਸ ਦੀ ਕਾਰਗੁਜ਼ਾਰੀ ਆ ਜਿਹੜੀ, ਜਿਵੇਂ ਕੱਲ ਸਾਡਾ ਜਥੇਬੰਦੀਆਂ ਦਾ ਵਫਦ ਮਿਲਿਆ, ਉੱਥੋਂ ਦੇ SHO ਦਾ ਇੰਸਪੈਕਟਰ ਦਾ ਜਿਹੜਾ ਰਵੱਈਆ ਸੀ ਉਹ ਜਿਵੇਂ ਆਮ ਉਹਨਾਂ ਨੂੰ ਲੱਗਦਾ ਵੀ ਆਮ ਘਟਨਾਵਾਂ ਔਰਤਾਂ ਨਾਲ ਵਾਪਰਦੀਆਂ, ਉਸ ਦੇ ਮੁਤਾਬਕ ਹੀ ਉਹਦੀ ਜਿਹੜੀ ਭੱਦੀ ਭਾਸ਼ਾ ਸੀ ਉਹ ਉਹਨੇ ਬੋਲੀ, ਚਾਹੇ ਸਾਡੇ ਮਤਲਬ ਸੰਘਰਸ਼ੀ ਯੋਧਿਆਂ ਨੇ ਉਹਦਾ ਕੁਛ ਜਵਾਬ ਵੀ ਦਿੱਤਾ, ਤੇ ਪਰ ਅੱਜ ਵੀ ਜੋ ਰਵੱਈਆ ਹੋਇਆ ਉਹ ਵੀ ਮੈਨੂੰ ਕੋਈ ਵਾਲਾ ਵਧੀਆ ਨਹੀਂ ਸੀ। ਲਗਾਤਾਰ ਹੀ ਮੈਂ ਉਹਨਾਂ ਤੋਂ ਹਰ ਵਾਰ ਇਹ ਮੰਗ ਕਰਦੀ ਹਾਂ ਵੀ ਸਰ ਇਹਦੇ ਪਿੱਛੇ ਕੀ ਕਾਰਨ ਨੇ, ਇਹ ਬੰਦੇ ਦੀ ਕਿਵੇਂ ਜ਼ਰੂਰਤ ਪਈ, ਇਹਦੇ ਵਿੱਚ ਜਿਹੜੇ ਕਾਰਨ ਨੇ ਮੈਂ ਉਹ ਕਾਰਨ ਜਾਣਨਾ ਚਾਹੁੰਦੀ ਹਾਂ। ਇਹ ਤਾਂ ਦੋਸ਼ੀ ਹੈਗਾ ਹੀ ਹੈਗਾ, ਜਿਹੜੇ ਬੈਕ ਤੇ ਉਹਦੇ ਦੋਸ਼ੀ ਨੇ, ਮੈਂ ਅਸਲ 'ਚ ਉਹਨਾਂ ਦੋਸ਼ੀਆਂ ਤੱਕ ਪਹੁੰਚ ਕੇ ਉਹਨਾਂ ਨੂੰ ਵੀ ਸਜਾਵਾਂ ਦਿਵਾਉਣੀਆਂ ਚਾਹੁੰਦੀ ਹਾਂ ਕਿ ਤਾਂ ਕਿ ਜਿਹੜੀ ਉਹ ਮੇਰੀ ਸੰਘਰਸ਼ਾਂ ਦੀ ਲੜੀ ਆ ਜਾਂ ਮੇਰੇ ਸੰਘਰਸ਼ਾਂ ਦੇ ਵਿੱਚ ਲੜਾਈ ਕਰਕੇ ਮੇਰੀ ਜ਼ਿੰਦਗੀ ਨੂੰ ਖਤਮ ਕਰਵਾਉਣਾ ਚਾਹੁੰਦੇ ਸੀ, ਮੈਂ ਉਹਨਾਂ ਲੋਕਾਂ ਨੂੰ ਨੰਗੇ ਕਰਨਾ ਚਾਹੁੰਦੀ। ਨਹੀਂ, ਮੈਂ ਇਸ ਘਰ ਦੇ ਵਿੱਚ ਇਕੱਲੀ ਰਹਿੰਦੀ ਹਾਂ। ਪਿੱਛੇ ਜਦੋਂ ਸੰਸਦ ਚੋਣਾਂ ਸੀ ਮੇਰੇ ਕੋਲੇ ਇੱਕ ਆਪਣੀ ਸੈਲਫ ਡਿਫੈਂਸ ਵਾਸਤੇ ਵੈਪਨ ਲਿਆ ਹੋਇਆ, ਮੈਂ ਉਸ ਨੂੰ ਕਦੇ ਵੀ ਜਮ੍ਹਾਂ ਨਹੀਂ ਕਰਾਇਆ, ਪਰ ਐਤਕੀ ਮੇਰੇ ਕੋਲੋਂ ਉਹ ਸ਼ਰੇਆਮ ਧੱਕੇ ਨਾ, ਕਹਿੰਦੇ ਕੋਈ ਗੱਲ ਨੀ ਜੇ ਤੁਹਾਨੂੰ ਕੋਈ ਉਹ ਲੋੜ ਹੋਊ ਅਸੀਂ ਤੁਹਾਨੂੰ, ਜਦੋਂ ਕਿ ਮੈਂ ਉਹਦੇ ਕਾਰਨ ਦੱਸੇ ਸੀ ਵੀ ਮੈਂ ਇਸ ਘਰ ਚ ਇਕੱਲੀ ਹਾਂ, ਮੇਰੇ ਬੱਚੇ ਬਾਹਰ ਵਿਦੇਸ਼ ਚ ਰਹਿੰਦੇ ਨੇ, ਤੇ ਮੇਰੇ ਕੋਲੇ ਨਾਲ ਇੱਕ ਪੋਸਟ ਆਫਿਸ ਦਾ ਵੀ ਕੰਮ ਹੈ ਜਿਹਦੇ ਲਈ ਮੇਰੇ ਘਰ ਦੇ ਵਿੱਚ ਕੈਸ਼ ਦਾ ਵੀ ਆਉਣਾ ਜਾਣਾ ਰਹਿੰਦਾ, ਤੇ ਹੋਰ ਵੀ ਹੈਗਾ, ਮੈਂ ਜਿਹੜਾ ਮਤਲਬ ਮੈਨੂੰ ਆਪਦੀ ਵੀ ਲੋੜ ਆ, ਜਿਹੋ ਜਿਹੇ ਹਾਲਾਤ ਸੀ ਮੈਂ ਕੋਸ਼ਿਸ਼ ਕੀਤੀ ਵੀ ਤੁਸੀਂ ਮੇਰਾ ਵੈਪਨ ਨਾਲ ਜਾਓ, ਪਰ ਉਹ ਮੱਲੋ ਮਲੀ ਵੈਪਨ ਲੈ ਗਏ। ਅੱਜ ਤੋਂ 15 ਦਿਨ ਪਹਿਲਾਂ ਜਦੋਂ ਮੈਂ ਥਾਣੇ ਜਾ ਕੇ ਡਿਮਾਂਡ ਕੀਤੀ
ਉੱਥੇ ਦਾ ਜਿਹੜਾ ਮੌਕੇ ਤੇ ਡਿਊਟੀ ਤੇ ਕੋਈ ਅਫਸਰ ਬੈਠਾ ਸੀ, ਮੁਨਸੀ ਵਗੈਰਾ, ਉਹਨੇ ਮੈਨੂੰ ਇਹ ਕਿਹਾ ਕਿ ਅੱਗੇ ਚੋਣਾਂ ਆਉਂਦੀਆਂ, ਅਸੀਂ ਬਾਰ ਬਾਰ ਇੱਥੋਂ ਵੈਪਨ ਕਿਵੇਂ ਹਥਿਆਰ ਇਕੱਠੇ ਕਰਾਂਗੇ, ਤੇ ਮੈਨੂੰ ਉਹ ਮੇਰਾ ਹਥਿਆਰ ਜਿਹੜਾ ਲਈ ਮੈਂ ਮੇਰਾ ਬਣਦਾ ਹੱਕ ਆ ਉਹ ਮੈਨੂੰ ਦੇਣ ਦੀ ਬਜਾਏ, ਹਥਿਆਰ ਦੇਣ ਦੀ ਬਜਾਏ ਮੈਨੂੰ ਉੱਥੋਂ ਵਾਪਸ ਆਉਣਾ ਪਿਆ। ਤੁਸੀਂ ਚਾਹੁੰਦੇ ਹੋ ਪ੍ਰਸ਼ਾਸਨ ਤੁਹਾਨੂੰ ਹਥਿਆਰ ਦੀ ਸੁਰੱਖਿਆ ਦਿੱਤੀ ਜਾਵੇ? ਸੁਰੱਖਿਆ ਤਾਂ ਮੈਂ ਆਪਣੀ ਆਪ ਹੀ ਕਰ ਸਕਦੀ ਹਾਂ, ਸਰਕਾਰ ਮੈਨੂੰ ਕੀ ਸੁਰੱਖਿਆ ਦੇ ਦੂ ਜੀ? ਤੋਂ ਮੈਂ ਇਨਸਾਫ਼ ਦੀ ਆਸ ਨਹੀਂ ਕਰ ਰਹੀ, ਕਿਉਂਕਿ ਮੈਨੂੰ ਜਿਹੜਾ ਮੈਂ ਇਨਸਾਫ਼ ਚਾਹੁੰਦੀ ਹਾਂ ਉਹ ਮੈਨੂੰ ਨਹੀਂ ਲੱਗ ਰਿਹਾ ਕਿ ਉਹ ਮੈਨੂੰ ਮਿਲੂਗਾ, ਤੇ ਮੈਨੂੰ ਲੱਗਦਾ ਵੀ ਇਸ ਲਈ ਵੀ ਉਹਦੇ ਉਸ ਗੁੰਡੇ ਨਾਲ ਲੜਨ ਲਈ ਤਾਂ ਮੈਂ ਸੰਘਰਸ਼ ਕੀਤਾ ਹੀ ਕੀਤਾ, ਮੈਨੂੰ ਇਹ ਲੱਗਦਾ ਵੀ ਮੈਨੂੰ ਆਪਦੇ ਲੋਕਾਂ ਦੇ ਨਾਲ, ਆਪਦੇ ਭੈਣ ਭਰਾਵਾਂ ਦੇ ਨਾਲ, ਆਪਦੇ ਜਥੇਬੰਦੀ ਦੇ ਸਹਿਯੋਗੀਆਂ ਦੇ ਨਾਲ ਇਸ ਇਨਸਾਫ਼ ਲੈਣ ਵੀ ਸੰਘਰਸ਼ ਲੜਨਾ ਪੈਣਾ। ਜਿਸ ਕਿਸਮ ਦੀ ਇਹ ਘਟਨਾ ਉਹ ਜਮਹੂਰੀ ਅਧਿਕਾਰ ਸਭਾ ਦੇ ਐਂਗਲ ਤੋਂ ਤਾਂ ਅਸੀਂ ਇਹਨੂੰ ਇੰਨੀ ਘਟੀਆ ਸਮਝਦੇ ਹਾਂ ਵੀ ਕਿਸੇ ਵੀ ਥਾਂ ਤੇ ਅੱਜ ਜਦੋਂ ਅਸੀਂ ਇੱਕ ਕਿਸਮ ਦਾ ਨਾਰਾ ਦਿੰਦੇ ਵੀ ਇੱਥੇ ਰਾਮ ਰਾਜ ਆ ਰਿਹਾ, ਧੀਆਂ ਭੈਣਾਂ ਸਾਡੀਆਂ ਕਿਸੇ ਘਰ ਤੇ ਕਿਸੇ ਬੱਸ ਗੱਡੀ 'ਚ ਜਿੱਥੇ ਵੀ ਕਿਤੇ ਸਫ਼ਰ ਕਰਦੀਆਂ ਨੇ ਉਹ ਅਸਲ 'ਚ ਇਸ ਕਿਸਮ ਦੇ ਜਿਹੜੇ ਵਰਤਾਰੇ ਨੇ ਉਹਨਾਂ ਨੂੰ ਲਗਾਤਾਰ ਝੱਲਦੀਆਂ ਨੇ, ਪਰ ਇੱਥੋਂ ਤੱਕ ਕੋਈ ਬੰਦਾ ਪਹੁੰਚ ਜੂਗਾ ਵੀ ਤੁਹਾਡਾ ਅੱਧੀ ਰਾਤੋਂ ਕੰਧ ਟੱਪ ਕੇ ਉਹ ਵੀ ਉਸ ਪਰਿਵਾਰ 'ਚ ਜਿੱਥੇ ਇਹ ਪਤਾ ਵੀ ਇੱਥੇ ਜੇ ਕਿਸੇ ਦੇ ਕੁਛ ਹੱਥ 'ਚ ਆ ਗਿਆ ਤਾਂ ਉਹ ਇਹ ਨਹੀਂ ਪਤਾ ਵੀ ਉੱਥੋਂ ਬੰਦਾ ਜਿਉਂਦਾ ਮੁੜੂ ਜਾਂ ਨਹੀਂ, ਉਹੋ ਜਿਹੇ ਪਰਿਵਾਰ 'ਚ ਜਦੋਂ ਇਸ ਕਿਸਮ ਦੀ ਘਟਨਾ ਵਾਪਰੀ ਹੈ ਤਾਂ ਸਾਡਾ ਜਮਹੂਰੀ ਲੋਕਾਂ ਦਾ ਤੇ ਚੇਤਨ ਲੋਕਾਂ ਦਾ ਜਨਤਕ ਜਿੰਨੇ ਕੁ ਜਥੇਬੰਦੀਆਂ ਵਾਲੇ ਲੋਕ ਸੀ ਉਹਨਾਂ ਦਾ ਇਸ ਤਰ੍ਹਾਂ ਖੂਨ ਖੋਲਿਆ ਵੀ ਇਹ ਘਟਨਾ ਜਿਹੜੀ ਇਹਨੂੰ ਇਸ ਢੰਗ ਨਾਲ ਛੱਡ ਦਿੱਤਾ ਜਾਵੇ ਵੀ ਉਹ ਗਰੀਬ ਪਰਿਵਾਰ 'ਚੋਂ ਹੈ, ਅਨਪੜ੍ਹ ਜਵਾਕ ਹੈ, ਮੁੰਡਾ ਇਹੋ ਜਿਹਾ ਕੁਛ ਹੋਰ ਹੈ ਵੀ ਇਹਨੂੰ ਐਂ ਨਹੀਂ ਛੱਡਿਆ ਜਾ ਸਕਦਾ। ਸੈਕਿੰਡ ਇਹਦੇ ਵਿੱਚ ਸਾਡੀ ਲੋੜ ਬਣ ਗਈ ਵੀ ਇਹਦੇ ਪਿੱਛੇ ਕੋਈ ਕਾਰਨ ਜ਼ਰੂਰ ਹੋਊਗਾ, ਉਹ ਕਾਰਨ ਪੁਲਿਸ ਨੂੰ ਪੜਤਾਲ ਕਰਨਾ ਚਾਹੀਦਾ ਤੇ ਅਸੀਂ ਇਹਨੂੰ ਸੀਰੀਅਸਲੀ ਪੁਲਿਸ ਦੇ ਧਿਆਨ 'ਚ ਵੀ ਲਿਆਂਦਾ ਤੇ ਅਸੀਂ ਵੀ ਇਹਦੀ ਪੜਤਾਲ ਕਰਾਂਗੇ। ਜੇ ਇਹ ਘਟਨਾ ਮਤਲਬ ਇਸ ਕਿਸਮ ਦੀ ਬਣਦੀ ਹੈ ਤਾਂ ਪ੍ਰਸ਼ਾਸਨ ਨੂੰ ਅਸੀਂ ਪਹਿਲੇ ਅਗਾਊਂ ਜਾਣੂ ਕਰਵਾਉਣਾ ਚਾਹੁੰਦੇ ਹਾਂ ਵੀ ਇਹਦੇ ਗੰਭੀਰ ਜਿਹੜੇ ਰਿਜ਼ਲਟ ਨੇ ਹੁਣ ਨਿਕਲਣਗੇ, ਅਤੇ ਅਸੀਂ ਆਸ ਵੀ ਕਰਦੇ ਹਾਂ ਵੀ ਲੋਕ ਨੇ ਜਿਹੜੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਗੇ। ਅਸੀਂ ਲੋਕਾਂ ਕੋਲ ਆਪਣੀ ਗੱਲ ਲਿਜਾਣ ਦੀ ਵੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਦੱਸਣਾ ਚਾਹਿਆ ਵੀ ਜੇ ਅੱਜ ਆਪਣੇ ਬੱਚਿਆਂ ਨੂੰ ਸਮਝਾਓ ਇੱਕ ਮੋੜ ਤੇ ਖੜ ਕੇ ਉਹ ਕਿਸੇ ਦੀ ਧੀ ਭੈਣ ਨੂੰ ਇਸ ਕਿਸਮ ਦਾ ਕਮੈਂਟ ਕਰਦੇ ਨੇ ਤਾਂ ਅਗਲੇ ਮੋੜ ਤੇ ਤੁਹਾਡੀ ਧੀ ਭੈਣ ਜਦੋਂ ਲੰਘੂਗੀ ਕੋਈ ਹੋਰ ਤੁਹਾਡੇ ਵਰਗਾ ਵੀ ਉੱਥੇ ਖੜਾ ਹੋ ਸਕਦਾ। ਸੋ ਤੁਹਾਨੂੰ ਸੁਚੇਤ ਹੋਣ ਦੀ ਲੋੜ ਹੈ ਤੇ ਅਸੀਂ ਪ੍ਰਸ਼ਾਸਨ ਦੇ ਧਿਆਨ 'ਚ ਆਪਣੀ ਗੱਲ ਲਿਆ ਦਿੱਤੀ ਹੈ, ਉਹ ਇਹਦੇ ਤੇ ਪੂਰਾ ਉਤਰਦਾ ਭੱਲੀ ਬਾਬਾ ਤੇ ਨਹੀਂ ਫਿਰ ਅਸੀਂ ਅਗਲਾ ਸਟੈਪ ਹੈ ਜਿਹੜਾ ਸਾਡਾ ਉਹ ਬਾਕੀ ਜਥੇਬੰਦੀਆਂ ਨੂੰ ਨਾਲ ਲੈ ਕੇ ਕੋਈ ਵੱਡਾ ਐਕਸ਼ਨ ਕਰਨ ਦਾ ਜਿਹੜਾ ਉਹ ਅਸੀਂ ਆਪਾਂ ਸਮਝੀਏ ਕਿ ਕੱਲਾ ਨਸ਼ੇ ਦੀ ਪੂਰਤੀ ਲਈ ਕੀਤਾ ਗਿਆ ਹਮਲਾ। ਨਸ਼ਾ ਤਾਂ ਦੇਖੋ ਨਸ਼ੇ ਦੀ ਪੂਰਤੀ ਲਈ ਵੀ ਇਹ ਘਟਨਾ ਹੋ ਸਕਦੀ ਹੈ, ਪਰ ਇਹਦੇ ਪਿੱਛੇ ਜਿਹੜੇ ਮੈਂ ਸਮਝਦੀ ਹਾਂ ਵੀ ਵੱਡੇ ਕਾਰਨ, ਇਹ ਵੀ ਹੋ ਸਕਦਾ ਕਿ ਪਰਮਜੀਤ ਜਿਹੜੀ ਇਨਕਲਾਬੀ ਵਿਚਾਰਾਂ ਦੀ ਧਾਰਨੀ ਹੈ ਤੇ ਇਹ ਇੱਕ ਸਟੇਟ ਦੀ ਮਤਲਬ ਜਮਹੂਰੀ ਅਧਿਕਾਰ ਸਭਾ ਦੀ ਸਟੇਟ ਕਮੇਟੀ ਦੀ ਮੈਂਬਰ ਹੈ, ਇੱਕ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣ ਦਾ ਵੀ ਮੈਨੂੰ ਲੱਗਦਾ ਕਿ ਇੱਕ ਯਤਨ ਕੀਤਾ ਗਿਆ ਕਿ ਜਿਹੜੇ ਲੋਕ ਲੋਕਾਂ ਲਈ ਲੜਦੇ ਆ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਉਹਨਾਂ ਦੇ ਵਿੱਚ ਇੱਕ ਸਹਿਮ ਫੈਲਾਇਆ ਜਾਵੇ ਕਿ ਉਹ ਆਵਾਜ਼ ਨਾ ਉਠਾ ਸਕਣ। ਜਿਵੇਂ ਕਿ ਹੁਣ ਚੋਣਾਂ ਦੀ ਗੱਲ ਹੋ ਰਹੀ ਹੈ, ਚੋਣਾਂ ਹੋਣਗੀਆਂ, ਇਹ ਵੀ ਕਾਰਨ ਹੋ ਸਕਦਾ। ਤੇ ਦੂਸਰੀ ਗੱਲ ਇਹ ਹੈ ਕਿ ਇਹ ਜਿਹੜਾ ਹੱਲਾ ਵਾ ਇਹ ਇੱਕ ਜਿਸ ਤਰ੍ਹਾਂ ਦਾ ਚੱਲ ਰਿਹਾ ਸਮਾਜ ਦੇ ਵਿੱਚ ਇੱਕ ਵੱਡੀ ਕ੍ਰਿਤੀ ਵਜੋਂ ਵੀ ਕੀਤਾ ਗਿਆ ਲੱਗਦਾ। ਇਹ ਵੈਸੇ ਜੇ ਸੋਚੀਏ ਤਾਂ ਵੀ ਇੱਕ ਇਕੱਲਾ ਜਿਹੜਾ ਆਦਮੀ ਆ ਜਾਂ ਉਹ ਇਕੱਲਾ ਏਡੀ ਵੱਡੀ ਕਾਰਵਾਈ ਨਹੀਂ ਕਰ ਸਕਦਾ, ਇੰਨਾ ਨਿਧੜਕ ਹੋ ਨਹੀਂ ਸਕਦਾ।
ਕਿ ਉਹ ਅੱਧੀ ਰਾਤ ਕਿਸੇ ਦੇ ਘਰ ਦੇ ਵਿੱਚ ਐਂਟਰ ਹੋ ਕੇ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਵੇ, ਤੇ ਇਹਦੇ ਪਿੱਛੇ ਜ਼ਰੂਰ ਇੱਕ ਵੱਡੀ ਸਾਜ਼ਿਸ਼ ਹੋ ਸਕਦੀ ਆ ਕਿ ਉਹਨੂੰ ਕਿਹਦੀ ਸਪੋਰਟ ਹੈ, ਕੌਣ ਮਤਲਬ ਇਸ ਘਟਨਾ ਦੇ ਪਿੱਛੇ ਹੈਗਾ, ਕਿਉਂਕਿ ਆਮ ਤੌਰ ਤੇ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਵਾ ਉਹਦੇ ਪਿੱਛੇ ਕਿਸੇ ਨਾ ਕਿਸੇ ਦਾ ਸਿਆਸੀ ਹੱਥ ਵੀ ਹੋ ਸਕਦਾ, ਰੰਜਿਸ਼ ਵੀ ਹੋ ਸਕਦੀ। ਜੇ ਪ੍ਰਸ਼ਾਸਨ ਹਜੇ ਵੀ ਇਸ ਗੱਲ ਦਾ ਕੋਈ ਨਹੀਂ ਐਕਸ਼ਨ ਲੈਂਦਾ, ਜਿਸ ਤਰ੍ਹਾਂ ਦੀਆਂ ਧਾਰਾਵਾਂ ਹੋਣੀਆਂ ਚਾਹੀਦੀਆਂ, ਲੱਗਣੀਆਂ ਚਾਹੀਦੀਆਂ ਦੋਸ਼ੀ ਦੇ ਉੱਤੇ, ਉਹ ਨਹੀਂ ਲਗਾਈਆਂ ਗਈਆਂ, ਤਾਂ ਇਸ ਤੋਂ ਬਾਅਦ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਨੇ ਇਨਕਲਾਬੀ ਜਮਹੂਰੀ ਤੇ ਲੋਕ ਲੜਨ ਵਾਲੇ ਜਿਹੜੇ ਨੇਗੇ, ਉਹ ਇਸ ਤੋਂ ਫਿਰ ਕੋਈ ਵੱਡਾ ਐਕਸ਼ਨ ਜ਼ਰੂਰ ਲੈਣਗੇ ਤਾਂ ਕਿ ਅੱਗੇ ਤੋਂ ਕੋਈ ਇਹੋ ਜਿਹੀ ਘਟਨਾ ਨਾ ਹੋ ਸਕੇ। ਲੱਗਦਾ ਕਿ ਰੋਜ਼ ਦੇਖਦੇ ਹਾਂ ਚੋਰੀਆਂ ਘਰਾਂ ਚ, ਪਹਿਲਾਂ ਚੋਰਾਂ ਸੜਕਾਂ ਤੇ ਹੁੰਦੀਆਂ ਸੀ, ਹੁਣ ਘਰਾਂ ਚ ਹੋਣ ਲੱਗ ਗਈਆਂ, ਘਰਾਂ ਚ ਵੀ ਲੋਕੀ ਮਤਲਬ ਸੇਫ ਨਹੀਂ ਹੈਗੇ। ਹਾਂਜੀ, ਇਹ ਪ੍ਰਸ਼ਾਸਨ ਨੂੰ ਵੀ ਪਤਾ, ਇਹ ਸਰਕਾਰਾਂ ਨੂੰ ਵੀ ਪਤਾ ਕਿ ਸਰਕਾਰਾਂ ਦਾ ਜਿਹੜਾ ਰਵੱਈਆ, ਜਿਵੇਂ ਹੁਣ ਘਰ ਘਰ ਦੇ ਵਿੱਚ ਇਕੱਲੀਆਂ ਔਰਤਾਂ ਹੀ ਰਹਿ ਗਈਆਂ, ਸਭ ਤੋਂ ਵੱਡਾ ਸੰਤਾਪ ਤਾਂ ਪਹਿਲਾਂ ਇਹ ਚੱਲ ਰਹੀਆਂ ਇਕੱਲਤਾ ਦਾ, ਕਿਉਂਕਿ ਨੌਜਵਾਨ ਜਿਹੜੇ ਨੇਗੇ ਉਹ ਜਾਂ ਤਾਂ ਆਪਣੇ ਰੁਜ਼ਗਾਰ ਲਈ ਬਾਹਰ ਧੱਕੇ ਜਾ ਰਹੇ ਨੇ, ਤੇ ਜਾਂ ਫਿਰ ਜਿਹੜੇ ਰਹਿ ਗਏ ਨੇਗੇ ਤਾਂ ਉਹ ਨਸ਼ਿਆਂ ਦੀ ਲਪੇਟ ਦੇ ਵਿੱਚ ਇਸ ਤਰ੍ਹਾਂ ਬੁਰੀ ਤਰ੍ਹਾਂ ਹੋਏ ਵੇ ਨੇਗੇ ਕਿ ਉਹ ਤਾਂ ਆਪਣੇ ਨਸ਼ੇ ਦੀ ਖਾਤਰ ਆਪਣੇ ਮਾਂ ਬਾਪ ਦਾ ਵੀ ਕਤਲ ਕਰ ਦਿੰਦੇ ਨੇ, ਤੇ ਇਹਨਾਂ ਦਾ ਜਿਹੜਾ ਮੇਨ ਕਾਰਨ ਇਹੀ ਹੋ ਸਕਦਾ। ਦੂਸਰਾ ਇਹ ਹੈ ਕਿ ਸਰਕਾਰ ਦਾ ਜਿਹੜਾ ਪ੍ਰਸ਼ਾਸਨ ਦਾ ਰਵੱਈਆ, ਉਹ ਇਹ ਸ਼ੁਰੂ ਤੋਂ ਹੀ ਜਿਵੇਂ ਅਸੀਂ ਕਹਿੰਦੇ ਹਾਂ ਕਿ ਗੁੰਡਾ ਪੁਲਿਸ ਸਿਆਸੀ ਗੱਠਜੋੜ, ਇਹ ਮਤਲਬ ਕਦੇ ਵੀ ਇਹਨਾਂ ਗੱਲਾਂ ਦੇ ਹੱਕ ਵਿੱਚ ਨਹੀਂ ਹੋਊਗਾ। ਜਿਵੇਂ ਪਹਿਲਾਂ ਤੋਂ ਵੀ ਇਹ ਲੜਾਈ, ਇਸੇ ਲੜਾਈ ਦੀ ਅਗਵਾਈ ਪਰਮਜੀਤ ਕੌਰ ਕਰਦੀ ਰਹੀ, ਤੇ ਪਰਮਜੀਤ ਦੀ ਆਵਾਜ਼ ਨੂੰ ਦਬਾਉਣ ਦਾ ਵੀ ਇਹ ਇੱਕ ਕਾਰਨ ਹੋ ਸਕਦਾ।